ਹੈਲੋ ਦੋਸਤੋ, ਬੈਸ਼ ਫਿਊਚਰ ਐਜੂਕੇਸ਼ਨ ਚੈਨਲ ਵਿੱਚ ਤੁਹਾਡਾ ਸਵਾਗਤ ਹੈ। ਦੋਸਤੋ, ਅੱਜ ਦੀ ਵੀਡੀਓ 'ਚ ਆਪਾਂ ਕਰ ਰਹੇ ਹਾਂ 994 ETT ਕੇਡਰ ਦੀਆਂ ਪੋਸਟਾਂ ਲਈ ਜੋ ਪੰਜਾਬੀ ਪੇਪਰ ਹੋਣਾ ਹੈ ਉਹਦਾ ਆਪਾਂ ਜੋ ਮੌਕ ਟੈਸਟ ਕਰ ਰਹੇ ਹਾਂ। ਇਸ ਵਿੱਚ ਜੋ ਸਿਲੇਬਸ ਅਨੁਸਾਰ 30 ਕੁਐਸਚਨ ਉਸੇ ਤਰ੍ਹਾਂ ਸੈੱਟ ਕੀਤੇ ਗਏ ਨੇ ਜਿਸ ਤਰ੍ਹਾਂ ਤੁਹਾਡਾ ਐਗਜ਼ਾਮ ਬਣੇਗਾ। ਤਾਂ ਦੋਸਤੋ, ਵੀਡੀਓ ਦੇ ਅਖੀਰ ਤੱਕ ਬਣੇ ਰਹਿਣਾ ਐਂਡ ਵੀਡੀਓ ਦੇ ਅਖੀਰ ਆਪਣੇ ਨੰਬਰ ਜ਼ਰੂਰ ਸ਼ੇਅਰ ਕਰਨੇ ਕਿ ਨਿਆਂ ਸਾ ਤੁਹਾਡੇ ਸਹੀ ਗਏ ਨੇ। ਇਸ ਦੇ ਨਾਲ ਚੈਨਲ 'ਤੇ ਫਸਟ ਵਾਰ ਵਿਜ਼ਿਟ ਕੀਤਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਐਂਡ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦੇਣਾ। ਕੁਐਸਚਨ ਨੰਬਰ ਫਸਟ, ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾਕਾ ਮਨ ਵਿਸਰਾਮ ਰਾਹੁ, ਵਿਸਰਾਮ ਸ਼ਬਦ ਦਾ ਕੀ ਅਰਥ ਹੈ? ਰਾਈਟ ਆਂਸਰ ਹੈ ਟਿਕਾਣਾ। ਜੋ ਇਹ ਗੁਰਬਾਣੀ ਦੀਆਂ ਪੰਕਤੀਆਂ ਨੇ ਇਸ ਵਿੱਚ ਜੋ ਵਿਸਰਾਮ ਸ਼ਬਦ ਹੈਗਾ ਇਹਦਾ ਅਰਥ ਹੈਗਾ ਟਿਕਾਣਾ। ਚੰਡੀ ਦੀ ਵਾਰ ਦਾ ਸਰੋਤ ਕਿਹੜਾ ਹੈ? ਰਾਈਟ ਆਂਸਰ ਹੈ ਮਾਰਕੰਡੇ ਪੁਰਾਣ। ਠੀਕ ਹੈ ਜੀ, ਚੰਡੀ ਦੀ ਵਾਰ ਦਾ ਜੋ ਸਰੋਤ ਹੈਗਾ ਮਾਰਕੰਡੇ ਪੁਰਾਣ। ਜਪਜੀ ਸਾਹਿਬ ਵਿੱਚ ਕਿੰਨੇ ਖੰਡ ਹਨ? ਰਾਈਟ ਆਂਸਰ ਹੈ 5। ਠੀਕ ਹੈ ਜੀ, 5 ਜੋ ਖੰਡ ਨੇ ਧਰਮ ਖੰਡ, ਗਿਆਨ ਖੰਡ, ਸਰਮ ਖੰਡ, ਕਰਮ ਖੰਡ ਅਤੇ ਸੱਚ ਖੰਡ। ਲਾਪਰਵਾਹ ਵਿੱਚ ਕਿਸ ਅਗੇਤਰ ਦੀ ਵਰਤੋਂ ਕੀਤੀ ਗਈ ਹੈ? ਰਾਈਟ ਆਂਸਰ ਹੈ ਈੜੀ। ਠੀਕ ਹੈ ਜੀ, ਲੱਲੇ ਨੂੰ ਕੰਨਾ ਜੋ ਇਸ ਸ਼ਬਦ ਦਾ ਜੋ ਅਗੇਤਰ ਬਣਦਾ ਹੈ ਲਾਪਰਵਾਹ ਦਾ। ਉਹ ਸਾਡਾ ਘਰ ਹੈ ਵਾਕ ਵਿੱਚ ਉਹ ਦਾ ਕਾਰਜ ਹੈ। ਰਾਈਟ ਆਂਸਰ ਹੈ ਨਿਸ਼ਚੇਵਾਚਕ ਪਰਿਣਾਮ। ਠੀਕ ਹੈ ਜੀ, ਜਦੋਂ ਕੋਈ ਵੀ ਚੀਜ਼ ਨਿਸ਼ਚਿਤ ਹੋਵੇ, ਠੀਕ ਹੈ ਜੀ, ਤਾਂ ਉਹ ਹੁੰਦਾ ਹੈ ਨਿਸ਼ਚੇਵਾਚਕ ਪਰਿਣਾਮ। ਜੋ ਅੱਖਰ ਪੈਰ ਵਿੱਚ ਲਿਖੇ ਜਾਣ ਉਹਨਾਂ ਨੂੰ ਕੀ ਕਹਿੰਦੇ ਹਨ? ਰਾਈਟ ਆਂਸਰ ਹੈ ਦੁੱਤ ਅੱਖਰ। ਜਿਹੜੇ ਅੱਖਰ ਪੈਰ ਵਿੱਚ ਲਿਖੇ ਜਾਂਦੇ ਨੇ ਉਹਨਾਂ ਨੂੰ ਦੁੱਤ ਅੱਖਰ ਕਿਹਾ ਜਾਂਦਾ ਹੈ। ਜਿਵੇਂ ਪੈਰ 'ਚ ਪੈ ਜਾਂਦਾ ਹੈਗਾ ਰਾਰਾ, ਠੀਕ ਹੈ ਜੀ, ਹਾਹਾ, ਇਹ ਹੈਗੇ ਨੇ ਦੁੱਤ ਅੱਖਰ। ਕਾਰਕ ਕਿੰਨੀ ਪ੍ਰਕਾਰ ਦੇ ਹੁੰਦੇ ਹਨ? ਰਾਈਟ ਆਂਸਰ ਹੈ 8। ਕਾਰਕ ਜੋ 8 ਪ੍ਰਕਾਰ ਦੇ ਹੁੰਦੇ ਹਨ। ਅਕਰਮਕ ਕਿਰਿਆ ਹੈ। ਰਾਈਟ ਆਂਸਰ ਹੈ ਕਰਤਾ ਹੋਵੇ ਕਰਮ ਨਾ ਹੋਵੇ। ਠੀਕ ਹੈ ਜੀ, ਜਿਸ ਕਿਰਿਆ ਵਿੱਚ ਕਰਤਾ ਹੁੰਦਾ ਹੈ ਪਰ ਕਰਮ ਨਹੀਂ ਹੁੰਦਾ ਤਾਂ ਉਸ ਨੂੰ ਜੋ ਅਕਰਮਕ ਕਿਰਿਆ ਕਿਹਾ ਜਾਂਦਾ ਹੈ।
ਦੇ ਸਿਵਾ ਬਰਮੋਹੇ ਸੁਭ ਕਰਮ ਸੇ ਕਬੂ ਨਾ ਟਰੋ ਕਿਸ ਗੁਰੂ ਸਾਹਿਬ ਦੀਆਂ ਸਤਰਾਂ ਹਨ। ਰਾਈਟ ਆਨਸਰ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ। ਠੀਕ ਹੈ ਜੀ, ਜੋ ਇਹ ਗੁਰਬਾਣੀ ਦੀਆਂ ਸਤਰਾਂ ਨੇ ਇਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਹਨ। ਭਾਸ਼ਾ ਦੀ ਛੋਟੀ ਤੋਂ ਛੋਟੀ ਇਕਾਈ ਕਿਹੜੀ ਹੈ? ਰਾਈਟ ਆਨਸਰ ਹੈ ਧੁਨੀ। ਠੀਕ ਹੈ ਜੀ, ਭਾਸ਼ਾ ਦੀ ਜੋ ਛੋਟੀ ਤੋਂ ਛੋਟੀ ਇਕਾਈ ਧੁਨੀ ਹੈ। ਗੁਰਮੁਖੀ ਵਰਨਮਾਲਾ ਦੇ ਕਿੰਨੇ ਅੱਖਰ ਹਨ? ਤਾਂ ਰਾਈਟ ਆਨਸਰ ਹੈ 41। ਠੀਕ ਹੈ ਜੀ, ਐਂਡ ਦੋਸਤੋ ਪਹਿਲਾਂ ਜੋ ਸਨ 35, ਤਾਂ ਇਸ ਨੂੰ ਜੋ 35 ਅੱਖਰੀ ਵੀ ਕਿਹਾ ਜਾਂਦਾ ਸੀ। ਵਿਆਕਰਨ ਦਾ ਸਭ ਤੋਂ ਪਹਿਲਾ ਅੰਗ ਕਿਹੜਾ ਹੈ? ਰਾਈਟ ਆਨਸਰ ਹੈ ਧੁਨੀ ਬੋਧ। ਠੀਕ ਹੈ, ਵਿਆਕਰਨ ਦਾ ਸਭ ਤੋਂ ਪਹਿਲਾ ਅੰਗ ਹੈ ਧੁਨੀ ਬੋਧ। ਪੰਜਾਬੀ ਵਿੱਚ ਕਿੰਨੀਆਂ ਸਵਰ ਧੁਨੀਆਂ ਹਨ? ਰਾਈਟ ਆਨਸਰ ਹੈ 10। ਪੰਜਾਬੀ ਵਿੱਚ ਜੋ 10 ਸਵਰ ਧੁਨੀਆਂ ਹਨ। ਕਿਸ ਨੂੰ ਪੰਜਾਬੀ ਭਾਸ਼ਾ ਦਾ ਪਹਿਰਾਵਾ ਕਿਹਾ ਜਾਂਦਾ ਹੈ? ਰਾਈਟ ਆਨਸਰ ਹੈ ਲਿਪੀ। ਠੀਕ ਹੈ, ਲਿਪੀ ਨੂੰ ਜੋ ਪੰਜਾਬੀ ਭਾਸ਼ਾ ਦਾ ਪਹਿਰਾਵਾ ਕਿਹਾ ਜਾਂਦਾ ਹੈ। ਧੁਨੀ ਦਾ ਕੀ ਅਰਥ ਹੈ? ਰਾਈਟ ਆਨਸਰ ਹੈ ਆਵਾਜ਼। ਠੀਕ ਹੈ ਜੀ, ਧੁਨੀ ਦਾ ਜੋ ਅਰਥ ਹੈਗਾ ਆਵਾਜ਼। ਪੰਜਾਬੀ ਨੂੰ ਪੰਜਾਬ ਵਿੱਚ ਕੀ ਦਰਜਾ ਪ੍ਰਾਪਤ ਹੈ? ਰਾਈਟ ਆਨਸਰ ਹੈ ਰਾਜ ਭਾਸ਼ਾ। ਠੀਕ ਹੈ ਜੀ, ਪੰਜਾਬੀ ਜੋ ਪੰਜਾਬ ਦੀ ਰਾਜ ਭਾਸ਼ਾ ਹੈ। ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣ ਕਵ ਸਤਰਾਂ ਕੀਤੀਆਂ ਹਨ? ਰਾਈਟ ਆਨਸਰ ਹੈ ਭਾਈ ਗੁਰਦਾਸ ਜੀ। ਜੋ ਇਹ ਕਵ ਸਤਰਾਂ ਨੇ ਭਾਈ ਗੁਰਦਾਸ ਜੀ ਦੀਆਂ ਹਨ।
ਪੰਡੇ ਜੰਮੀਏ ਪੰਡੀ ਨਿਮੇ ਪੰਡੀ ਮੰਗਣ ਵਿਆਓ ਪੰਡੇ ਹੋਵੇ ਦੋਸਤੀ ਪੰਡੂ ਚਲੇ ਰਾਓ। ਬਾਣੀ ਦੀਆਂ ਸਤਰਾਂ ਵਿੱਚ ਪੰਡੀ ਕਿਸ ਨੂੰ ਕਿਹਾ ਗਿਆ ਹੈ? ਰਾਈਟ ਆਂਸਰ ਹੈ ਇਸਤਰੀ। ਠੀਕ ਹੈ ਜੀ, ਇਹ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਹੈ, ਇਸ ਵਿੱਚ ਜੋ ਇਸਤਰੀ ਦੀ ਜੋ ਵਡਿਆਈ ਕੀਤੀ ਗਈ ਹੈ। ਉੜੇ ਨਾਲ ਕਿਹੜੀਆਂ ਲਗਾਂ ਦੀ ਵਰਤੋਂ ਹੁੰਦੀ ਹੈ? ਰਾਈਟ ਆਂਸਰ ਹੈ ਔਂਕੜ ਦਲੈਂਕੜ ਹੋੜਾ। ਠੀਕ ਹੈ ਜੀ, ਔਂਕੜ ਦਲੈਂਕੜ ਹੋੜਾ ਦੀ ਵਰਤੋਂ ਹੁੰਦੀ ਹੈ ਉੜੇ ਨਾਲ। ਦੋ ਅੱਖਰਾਂ ਦੇ ਮੇਲ ਤੋਂ ਬਣੇ ਅੱਖਰ ਨੂੰ ਕੀ ਕਿਹਾ ਜਾਂਦਾ ਹੈ? ਰਾਈਟ ਆਂਸਰ ਹੈ ਦੁੱਤ ਅੱਖਰ। ਠੀਕ ਹੈ, ਦੋ ਅੱਖਰਾਂ ਦੇ ਮੇਲ ਤੋਂ ਜੋ ਅੱਖਰ ਬਣਦਾ ਹੈ ਉਸਨੂੰ ਜੋ ਦੁੱਤ ਅੱਖਰ ਕਿਹਾ ਜਾਂਦਾ ਹੈ। ਅਦਕ ਦੀ ਵਰਤੋਂ ਕਿਹੜੀ ਕਿਹੜੀ ਅਲੱਗ ਨਾਲ ਹੁੰਦੀ ਹੈ? ਰਾਈਟ ਆਂਸਰ ਹੈ ਮੁਕਤਾ ਸਿਹਾਰੀ ਔਂਕੜ। ਠੀਕ ਹੈ ਜੀ, ਮੁਕਤਾ ਸਿਹਾਰੀ ਔਂਕੜ ਨਾਲ ਜੋ ਅਦਕ ਦੀ ਵਰਤੋਂ ਹੁੰਦੀ ਹੈ। ਕਿਹੜੀ ਅਲੱਗ ਅੱਖਰ ਤੋਂ ਪਹਿਲਾਂ ਪਾਈ ਜਾਂਦੀ ਹੈ? ਰਾਈਟ ਆਂਸਰ ਹੈ ਸਿਹਾਰੀ। ਠੀਕ ਹੈ ਜੀ, ਸਿਹਾਰੀ ਜੋ ਅੱਖਰ ਤੋਂ ਪਹਿਲਾਂ ਪਾਈ ਜਾਂਦੀ ਹੈ। ਕਿਹੜਾ ਸ਼ਬਦ ਦੂਰ ਦਾ ਵਿਰੋਧੀ ਨਹੀਂ ਹੈ? ਰਾਈਟ ਆਂਸਰ ਹੈ ਸਾਹਮਣੇ। ਠੀਕ ਹੈ ਜੀ, ਬਾਕੀ ਜੋ ਤਿੰਨੋਂ ਨੇ ਕੋਲ ਪਾਸ ਨੇੜੇ, ਇਹ ਦੂਰ ਸ਼ਬਦ ਦੇ ਵਿਰੋਧੀ ਸ਼ਬਦ ਨੇ। ਦੀਵੇ ਥੱਲੇ ਡੈਸ ਮੁਹਾਵਰਾ ਪੂਰਾ ਕਰੋ, ਤਾਂ ਰਾਈਟ ਆਂਸਰ ਹੈ ਹਨੇਰਾ। ਠੀਕ ਹੈ ਜੀ, ਮਤਲਬ ਆਪਣੀ ਜੋ ਮੁਹਾਵਰਾ ਬਣਿਆ ਦੀਵੇ ਥੱਲੇ ਹਨੇਰਾ। ਖਾ ਪੀ ਉੱਠਣਾ ਜਾਗਣਾ ਸ਼ਬਦ ਕੀ ਹਨ? ਰਾਈਟ ਆਂਸਰ ਹੈ ਕਿਰਿਆ। ਠੀਕ ਹੈ ਜੀ, ਖਾ ਪੀ ਉੱਠਣਾ ਜਾਗਣਾ ਇੱਕ ਕਿਰਿਆ ਹੈ। ਆਪੇ ਫਾਥੜੀਏ ਤੈਨੂੰ ਡੈਸ ਅਖਾਣ ਪੂਰੀ ਕਰੋ, ਤਾਂ ਰਾਈਟ ਆਂਸਰ ਆਪਣਾ ਬਣਦਾ ਹੈ ਸੱਸਾ ਕੌਣ ਸਡਾਵੇ। ਤਾਂ ਆਪਣੀ ਅਖਾਣ ਬਣ ਕੀਏ, ਆਪੇ ਫਾਥੜੀਏ ਤੈਨੂੰ ਕੌਣ ਸਡਾਵੇ। ਉਹ ਵਿਚਾਰਾ ਐਵੇਂ ਮਾਰਿਆ ਗਿਆ, ਵਾਕ ਵਿੱਚ ਵਿਸ਼ੇਸ਼ਣ ਚੁਣੋ,
ਤਾਂ ਰਾਈਟ ਆਂਸਰ ਬਣਦਾ ਹੈ ਵਿਚਾਰਾ। ਠੀਕ ਹੈ ਜੀ, ਵਿਚਾਰਾ ਜੋ ਸ਼ਬਦ ਹੈਗਾ ਵਿਸ਼ੇਸ਼ਣ। ਸ੍ਰੀ ਗੁਰੂ ਅਮਰਦਾਸ ਜੀ ਦੇ ਮਾਤਾ ਪਿਤਾ ਕੌਣ ਸਨ? ਰਾਈਟ ਆਂਸਰ ਹੈ ਤੇਜਭਾਨ ਅਤੇ ਲਕਸ਼ਮੀ ਦੇਵੀ। ਠੀਕ ਹੈ ਜੀ, ਇਹ ਸ੍ਰੀ ਗੁਰੂ ਅਮਰਦਾਸ ਜੀ ਦੇ ਮਾਤਾ ਪਿਤਾ ਸਨ। ਵਿਆਕਰਨ ਦੇ ਮੁੱਖ ਅੰਗ ਕਿਹੜੇ ਹਨ? ਤਾਂ ਰਾਈਟ ਆਂਸਰ ਹੈ ਸਾਰੇ ਹੀ। ਠੀਕ ਹੈ ਜੀ, ਜੋ ਸਾਰੇ ਹੀ ਜੋ ਵਿਆਕਰਨ ਦੇ ਮੁੱਖ ਅੰਗ ਹਨ। ਦੁੱਧ ਦਾ ਛੱਪੜ ਕਿਸਦਾ ਕਹਾਣੀ ਸੰਗ੍ਰਹਿ ਹੈ? ਤਾਂ ਰਾਈਟ ਆਂਸਰ ਹੈ ਕੁਲਵੰਤ ਸਿੰਘ ਵਿਰਕ। ਠੀਕ ਹੈ ਜੀ, ਕੁਲਵੰਤ ਸਿੰਘ ਵਿਰਕ ਦਾ ਜੋ ਇਹ ਕਹਾਣੀ ਸੰਗ੍ਰਹਿ ਹੈ। ਇਸ ਤਰ੍ਹਾਂ ਦੋਸਤੋ, ਅੱਜ ਦੇ ਆਪਣੇ ਜੋ 30 ਕੁਐਸਚਨ ਸਮਾਪਤ ਹੋਏ ਨੇ, ਮੌਕ ਟੈਸਟ ਸਮਾਪਤ ਹੋਇਆ। ਵੀਡੀਓ ਵਧੀਆ ਲੱਗੀ ਹੈ ਲਾਈਕ ਕਰਿਓ, ਸ਼ੇਅਰ ਕਰਿਓ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ। ਧੰਨਵਾਦ।